ਕਮ ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋਤਾ ਪੰਜਾਬ ਟੀਵੀ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਜਿਵੇਂ ਕਿ ਦੋਸਤਾਂ ਨੂੰ ਪਤਾ ਹੈ, ਤੁਹਾਡਾ ਵੀਰ ਹਸਨ ਰਜ਼ਾ ਡੇਲੀ ਦੀ ਨਿਸਬਤ ਮੁਖਤਲਿਫ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦਾ ਹੈ। ਅੱਜ ਮਾਸ਼ਾਅੱਲਾ ਇੱਕ ਅਸਰ ਜੋਟੀ ਦੀ ਵੀਡੀਓ ਹੈ। ਕਾਫੀ ਸਾਰੇ ਦੋਸਤਾਂ ਦੀਆਂ ਡਿਮਾਂਡਾਂ ਆਈਆਂ ਕਿ ਭਾਈ ਅਸਰ ਜੋਟੀਆਂ ਲੱਭੀਆਂ ਨੇ, ਤੇ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਨ ਵਾਸਤੇ ਅੱਜ ਮਾਸ਼ਾਅੱਲਾ ਜੋਟੀ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਹੈ। ਚੈੱਕ ਕਰਨਾ ਹੈ, ਸਾਵਾਂ ਚੀਨ ਉਤਰਿਆ ਮਾਸ਼ਾਅੱਲਾ, ਅੱਖਾਂ ਬਿੱਲੀਆਂ ਨੇ। ਤਸੱਲੀ ਦੇ ਨਾਲ ਤੁਸੀਂ ਚੈੱਕ ਕਰਨਾ, ਕੋਈ ਜਵਾਬ ਨਹੀਂ, ਬਿਲਕੁਲ ਬਰਾਬਰ ਸਫੈਦ ਅੱਖਾਂ, ਚਿੱਟੀਆਂ ਛੱਲੇ ਵਾਲੀਆਂ ਅੱਖ ਮਾਸ਼ਾਅੱਲਾ ਇਵੇਂ ਬਲਦੀ ਪਈ ਹੈ ਜਿਵੇਂ ਬਲਬ ਬਲਦਾ ਹੈ। ਬਾਕੀ ਬੂਥੀ ਚੈੱਕ ਕਰਨੀ ਹੈ ਨਿੱਕੀ ਜਿਹੀ ਮਾਸ਼ਾਅੱਲਾ, ਔਰ ਨਾਸਾਂ ਚੈੱਕ ਕਰਨੀਆਂ ਨੇ, ਸਿਰ ਚੈੱਕ ਕਰਨਾ ਹੈ, ਸਿੰਘ ਬਿਲਕੁਲ ਗੋਲ ਨੇ। ਬਾਕੀ ਕੰਨ ਚੈੱਕ ਕਰ ਲੈਣੇ ਨੇ, ਮੱਥਾ ਜੋਟੀ ਦੀ ਖੁੱਤੀ, ਗਰਦਨ ਜੋਟੀ ਦੀ ਹੈ ਅਤੇ ਚੈੱਕ ਕਰਨੀ ਹੈ ਬਿਲਕੁਲ ਬਰੀਕ, ਮੋਢੇ ਚੈੱਕ ਕਰ ਲੈਣੇ ਨੇ, ਔਰ ਲੱਤਾਂ ਨੌ ਵੀ ਚੈੱਕ ਕਰਨੇ ਨੇ ਦੋਸਤਾਂ ਨੇ। ਬਾਕੀ ਕੈਮਰਾਮੈਨ ਸਾਹਿਬ ਥੱਲੂ ਗੁੱਲ ਤਸੱਲੀ ਦੇ ਨਾਲ ਵਿਖਾਉਣੇ ਨੇ ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ ਮੋਟਾ ਗੁੱਲ, ਔਰ ਵਿਰਲ ਚੈੱਕ ਕਰਵਾਉਣੀ ਹੈ, ਚੰਗੀਆਂ ਵਿਰਲਾਂ ਨੇ। ਬਾਕੀ ਖੁੱਡਾ ਪੁੱਠਾ ਇੱਥੇ ਚੈੱਕ ਕਰਨਾ, ਡਾਕਾਂ ਜੋਟੀ ਦੀਆਂ ਮਾਸ਼ਾਅੱਲਾ ਬਿਲਕੁਲ ਬਰੀਕ, ਚਮੜੀ ਜਿੱਥੋਂ ਮਰਜ਼ੀ ਪਕੜੋ ਬਿਲਕੁਲ ਬਰੀਕ ਹੈ, ਕੋਈ ਇਹਦੇ ਵਿੱਚ ਦੋ ਰਾਏ ਨਹੀਂ। ਜਿਹੜੇ ਦੋਸਤ ਨੀਲੀ ਨੂੰ ਸਮਝਦੇ ਨੇ, ਨੀਲੀ 'ਤੇ ਕੰਮ ਕਰ ਰਹੇ ਨੇ, ਉਹਨਾਂ ਦੇ ਨਾਲ ਸਾਡੀ ਗੱਲ ਹੈ, ਉਹਨਾਂ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ। ਬਾਕੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਨੂੰ ਫਿਰ ਕੀ ਕਹਿ ਸਕਦੇ ਹਾਂ। ਕੈਮਰਾਮੈਨ ਸਾਹਿਬ ਦੁਨੀ ਕੋੜੀ ਵਿਖਾ ਲੈਣੀ ਹੈ ਜੋਟੀ ਦੀ, ਬਿਲਕੁਲ ਇਹ ਇੱਕ ਤੋਹਫ਼ਾ ਬਾਈਆਂ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ। ਇੱਥੇ ਦੁਬਾਰਾ ਲੈ ਆਓ ਕੈਮਰਾ, ਪਿੱਛੇ ਵੱਧਰ ਚੈੱਕ ਕਰਨੇ ਨੇ ਜੋਟੀ ਦੇ। ਮਾਸ਼ਾਅੱਲਾ ਇਹ ਜੂੰ ਦੀ ਜੋਟੀ ਹੈ, ਕੋਈ ਮੰਡੀ ਵਾਲੀ ਨਹੀਂ ਹੈ, ਜਾਂ ਮੰਡੀ ਤੋਂ ਲਿਆ ਕੇ ਵੀਡੀਓ ਪਾ ਦਿੱਤੀ ਅਤੇ ਚਲੋ ਜੀ ਨੀਲੀ ਬਣਾ ਦਿੱਤੀ ਜਾਂ ਜੂੰ ਦੀਆਂ ਬਣਾ ਦਿੱਤੀਆਂ, ਉਹ ਕੰਮ ਕੋਈ ਨਹੀਂ ਹੈ। ਇਹ ਤੁਹਾਡੇ ਵਾਸਤੇ ਮਿਹਨਤਾਂ ਕਰਕੇ, ਸਫ਼ਰ ਕਰਕੇ ਜੂੰ ਦੀਆਂ ਜੋਟੀਆਂ ਲੈ ਕੇ ਹਾਜ਼ਰ ਹੋਈਦਾ ਹੈ। ਬਾਕੀ ਤਸੱਲੀਆਂ ਦੇ ਨਾਲ ਇੱਥੇ ਤੁਸੀਂ ਚੈੱਕ ਕਰਨਾ ਹੈ, ਗੱਲਾਂ ਨਹੀਂ ਆਉਂਦੀਆਂ, ਕੰਮ ਆਉਂਦਾ ਹੈ ਅਤੇ ਕੰਡ 'ਤੇ ਲਾਉਣਾ ਹੈ, ਕੋਈ ਨੀਵੀਂ ਉੱਚੀ ਨਹੀਂ। ਚੈੱਕ ਕਰ ਸਕਦੇ ਹੋ ਬਿਲਕੁਲ ਤੀਰ ਸਿੱਧੀ, ਕਵਾਂ ਕੋਈ ਨਹੀਂ। ਬਾਕੀ ਤੁਹਾਡੀ ਅੱਖਾਂ ਦੇ ਸਾਹਮਣੇ ਹੀ ਜੋ ਕੁਝ ਵੀ ਹੈ ਚੈੱਕ ਕਰ ਸਕਦੇ ਹੋ, ਬਿਲਕੁਲ ਬਰੀਕ ਡੋਰ ਵਰਗੀ ਪੂਛ। ਇੱਥੇ ਕੈਮਰਾਮੈਨ ਸਾਹਿਬ ਚਿਹਰਾ ਵਿਖਾ ਲਾਉਣਾ ਦੋਸਤਾਂ ਨੂੰ, ਮਾਸ਼ਾਅੱਲਾ ਪੁੱਤਰਾਂ ਵਰਗੀ ਜੋਟੀ ਹੈ, ਤਸੱਲੀਆਂ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਹੋਤਾ ਪੰਜਾਬ ਟੀਵੀ ਦੀਆਂ ਮਿਹਨਤਾਂ ਅਤੇ ਕੋਸ਼ਿਸ਼ਾਂ ਬਾਈਆਂ ਵਾਸਤੇ ਆਉਂਦੀਆਂ ਨੇ, ਸਾਡੀ ਇਹ ਕੋਸ਼ਿਸ਼ ਆਉਂਦੀ ਹੈ ਦੋਸਤਾਂ ਨੂੰ 120% ਨੀਲੀ ਵਿਖਾਈਏ, ਨੀਲੀ ਤੋਂ ਇਲਾਵਾ ਕੁਝ ਨਾ ਵਿਖਾਈਏ। ਬਾਕੀ ਲੈਣੇ ਦੇਣੇ ਹਮੇਸ਼ਾ ਮੁਕੱਦਾ ਰਹਿੰਦੇ ਨੇ, ਜਾਨਵਰ ਅੱਛੇ ਵਿਖਾਈਦੇ ਨੇ। ਮੂੰਹ ਦੇ ਵਿੱਚੋਂ ਜੋਟੀ ਦੋ ਦਾਨ ਦੇ ਇਹ ਚੈੱਕ ਕਰ ਸਕਦੇ ਹੋ, ਕੋਈ ਚੌਗੀ ਛਿੱਗੀ ਨਹੀਂ ਹੈ, ਦੋ ਦੰਦ ਕੱਢ ਲੈ ਸੋ ਦੁੰਦ ਦੇ। ਬਾਕੀ ਤੁਹਾਡੀ ਅੱਖਾਂ ਦੇ ਸਾਹਮਣੇ ਇਹਨਾਂ ਦੇ ਮਿਹਨਤਾਂ, ਮਾਸ਼ਾਅੱਲਾ ਇੱਥੇ ਚਿਹਰਾ ਚੈੱਕ ਕਰਨਾ ਹੈ ਜੋਟੀ ਦਾ, ਦਿਲ ਕਰਦਾ ਹੈ ਕਿ ਬੰਦਾ ਵੇਖ ਹੀ ਰੱਖੇ। ਇਹ ਇੱਕ ਕਮੇਟੀ ਹੈ ਜਿਹੜਾ ਬਾਈ ਪਾ ਲਵੇ ਤਕਰੀਬਨ, ਇਹ ਮਾਸ਼ਾਅੱਲਾ ਤਿਆਰ ਹੋਈ ਹੋਈ ਚੰਗੀ ਮੱਝ ਬਣਨੀ ਅੱਲਾ ਦੇ ਹੁਕਮ ਨਾਲ 5-6 ਲੱਖ ਵਾਲੀ ਹੈ। ਜਿਹੜੇ ਦੋਸਤ ਇਹ ਤੋਲਣ 'ਤੇ ਲੱਗੇ ਹੋਏ ਨੇ ਕਿ ਯਾਰ ਉਹ ਸ਼ੇਖੂਪੁਰ ਤੋਂ ਤਾਂ ਲੋਰੂ ਤੋਲ 'ਤੇ ਲੱਭਦੀਆਂ ਨੇ ਜੋਟੀਆਂ, ਉਹ ਉਹਨਾਂ ਦੀ ਨਸਲ ਜ਼ਾਤ ਦਾ ਪਤਾ ਹੀ ਨਹੀਂ ਹੁੰਦਾ, ਪਤਾ ਨਹੀਂ ਉਹ ਕਿੱਥੋਂ ਕਿੱਥੋਂ ਦੀਆਂ ਆਉਂਦੀਆਂ ਨੇ। ਫਿਰ ਤਿਆਰ ਹੋ ਕੇ ਉਹ ਜਿੰਨੇ ਦੀ ਵਿਚਾਰੇ ਉਹ ਲੈਂਦੇ ਨੇ ਐਵੇਂ, ਉਹਨੇ ਦੀਆਂ ਤਿਆਰ ਹੋ ਕੇ ਬਣਦੀਆਂ ਨੇ 2-2.5 ਲੱਖ ਦੀ।
ਅੱਲਾ ਦੇ ਹੁਕਮ ਦੇ ਨਾਲ ਇੱਥੇ ਉਹ ਕੰਮ ਨਹੀਂ ਹੁੰਦਾ। ਤੁਰ ਫਿਰ ਕੇ ਜੂ ਦੀਆਂ ਨਸਲ ਜ਼ਾਤ ਵਾਲੀਆਂ ਜੋੜੀਆਂ ਬਾਈਆਂ ਨੂੰ ਲੈ ਕੇ ਦਿੰਦੇ ਹਾਂ, ਵੀਡੀਓ ਵੀ ਬਾਈਆਂ ਵਾਸਤੇ ਲੈ ਕੇ ਹਾਜ਼ਰ ਹੁੰਦੇ ਹਾਂ, ਸ਼ੌਕ ਪੂਰਾ ਕਰਵਾਉਂਦੇ ਹਾਂ ਅੱਲਾ ਦੇ ਹੁਕਮ ਦੇ ਨਾਲ। ਅੱਜ ਦੋਸਤ ਇਹ ਗੱਲ ਕੁ ਮਿੰਟਾਂ ਦੇ ਵਿੱਚ ਲਾਜ਼ਮੀ ਕਰ ਸਨ ਕਿ ਬਾਈਆਂ ਦਾ ਸ਼ੌਕ ਪੂਰਾ ਕਰਨ ਵਾਸਤੇ ਵੀਡੀਓ ਬਣਾਈਏ, ਬਾਕੀ ਬਾਈ ਹੋਰਾਂ ਦੇ ਨਾਲ ਕਰ ਲੈਂਦੇ ਹਾਂ। ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਹੈ? ਸ਼ੁਕਰ ਹੈ। ਤਬੀਅਤ ਸਿਹਤ ਠੀਕ ਹੈ? ਕੀ ਨਾਮ ਹੈ ਬਾਈ ਦਾ? ਆਮਿਰ ਸ਼ਾਹ। ਭਾਈ ਆਮਿਰ ਸ਼ਹਜ਼ਾਦ, ਛੋਟੀ ਆਪਣੀ ਨੀਲੀ ਦੀ ਹੈ? ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਖਾਸ ਨੀਲੀ ਖਾਸ ਖੜੇ ਕਿਹੜੀ ਜਗ੍ਹਾ ਤੇ ਆ? ਬਿਲਕੁਲ ਦਰਿਆ ਦੇ ਉੱਤੇ। ਦਰਿਆ ਦੇ ਆ ਜਾਂ ਨਹੀਂ ਹੈ? ਬਿਲਕੁਲ ਇਹ ਕੰਮ ਤਾਂ ਨਹੀਂ ਹੈ ਵੀ ਹੋਇਆ ਕਿਦਾਂ ਹੁੰਦਾ ਦੱਸ ਕਿਦਾਂ ਦਿੱਤਾ, ਇਹ ਕੰਮ ਨਹੀਂ। ਬਿਲਕੁਲ ਦਰਿਆ ਦੇ ਉੱਤੇ ਖੜੇ ਆ, ਜਿਹੜੇ ਦੋਸਤ ਨੂੰ ਡਾਊਟ ਹੋਵੇ ਮੌਕੇ ਤੇ ਆ ਕੇ ਚੈੱਕ ਕਰ ਸਕਦਾ। ਬਿਲਕੁਲ ਨੀਲੀ ਹੈ, 110-120% ਕਹਿ ਸਕਦੇ ਹਾਂ। ਹਾਂਜੀ ਬਿਲਕੁਲ। ਬਾਕੀ ਦੋਸਤਾਂ ਨੇ ਵੇਖ ਲੈਣਾ, ਮੂੰਹ ਵੀ ਫੜ ਕੇ ਵਿਖਾ ਦਿੱਤਾ ਸਾਰਾ ਕੰਮ। ਅੱਛਾ, ਇਹਦੀ ਕੋਈ ਮਾਂ ਚੰਗੇ ਰਿਕਾਰਡ ਵਾਲੀ, ਕੋਈ ਦੁੱਧ ਸ਼ੁੱਧ ਚੰਗਾ ਕਰਨ ਵਾਲੀ ਹੈ? ਹਾਂਜੀ ਬਿਲਕੁਲ। ਕਿਉਂਕਿ ਦੋਸਤ ਪਹਿਲੀ ਗੱਲ ਇਹ ਕਰਦੇ ਨੇ ਕਿ ਬਾਈ ਅਸਾਂ ਇਹਦੀ ਮਾਂ ਕਿਤਨਾ ਕਿ ਦੁੱਧ ਕਰਦੀ ਰਹੀ। ਇਹ ਗੱਲ ਨੇ ਗਰੰਟੀ ਕਰਵਾ ਦਿੱਤਾ, ਤਸੱਲੀ ਕਰਵਾ ਦਿੱਤਾ। ਪੁੱਛਣ ਦਾ ਵੀ ਹੱਕ ਹੈ ਦੋਸਤਾਂ ਦਾ, ਅਸੀਂ ਇਹ ਗੱਲ ਨਹੀਂ ਕਰਦੇ ਹਾਂ ਕਿ ਬਾਈ ਕਿਉਂ ਪੁੱਛਦੇ ਨੇ। ਅਜਾ ਚੰਗੇ ਦੁੱਧ ਵਾਲੀ ਆਈ, ਇਹਦਾ ਜਨਾਬ ਹੁਣ ਗੱਲਾਂ ਕਰਨੇ ਆ ਮੁੱਲ ਦੀਆਂ, ਇਹਦਾ ਕੀ ਪਿਆਰ ਵਾਲਾ ਮੁੱਲ ਹੈ। ਬਿਲਕੁਲ ਮਕੂਲ ਜੀ ਹੈ, ਬਿਲ ਮਕੂਲ ਕਰਨਾ ਨੇ ਜਿਹਦੇ ਨਾਲ ਜੋਟੀ ਵਿਕ ਜਾਵੇ। ਫਿਰ ਦੋਸਤ ਆਖਣ ਕਿ ਬਾਈ ਅਸਨ ਹਾਲ ਹਾਲ ਵੀ ਪਾਈ ਰੱਖੀ ਤੇ ਜੋਟੀ ਵੀ ਨਾ ਵਿਕੀ ਤੇ ਬਾਈ ਸ਼ਹਜ਼ਾਦ ਨੇ ਮੁੱਲ ਵੀ ਜ਼ਿਆਦਾ ਕਰ ਦਿੱਤਾ। ਇਹਦਾ 1,30,000 ਉਹ ਕੰਮ ਨਹੀਂ, 1,30,000 ਬਿਲਕੁਲ ਫੈਨਲ ਹੈ ਜਾਂ ਵਿੱਚ ਕੋਈ ਗੁੰਜਾਇਸ਼? ਗੁੰਜਾਇਸ਼ ਕੋਈ ਨਹੀਂ ਜੀ, ਥੋੜੀ ਗਣੀ ਬਿਲਕੁਲ ਹੀ ਕੋਈ ਨਹੀਂ ਹੈ। ਮੋੜ ਵੀ ਕੋਈ 1,000 ਤੁਹਾਡੇ ਆਏ ਤੇ ਕੋਈ 1,000 ਅੱਧਾ ਹੋ ਜਾਸੀ? ਨਹੀਂ 1,000 ਵਾਲਾ ਤਾਂ ਕੰਮ ਹੀ ਨਹੀਂ। ਚਲੋ 2 ਕਰ ਲਈ ਸਰ, 2,000 ਹੋ ਜਾਸੀ। 1,28,000 ਰੁਪਇਆ ਇਸ ਅਨਮੋਲ ਹੀਰੇ ਦੀ ਡਿਮਾਂਡ ਹੈ। ਜਿਹੜੇ ਦੋਸਤ ਨੂੰ ਪਸੰਦ ਆਵੇ ਉਹ ਰਾਬਤਾ ਕਰ ਸਕਦਾ ਹੈ 0308-910-2811। ਇਹਦੇ ਤੇ ਕਾਲ, ਵਟਸਐਪ, ਈਮੋ ਸਾਰੀਆਂ ਸਹੂਲਤਾਂ ਮੌਜੂਦ ਨੇ। ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ ਹੈ। ਮਿਲਾਂਗੇ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।